आकाश वानी। नरेश शर्मा प्रधानमंत्री नरेंद्र मोदी और अज ब्रिक्स शिखर सम्मेलन सभा बीन दे राष्ट्रपति हिपक्षी मीटिंग कर भारत के पाकिस्तान ने श्री करतारपुर साहिब गलियारे संबंधी समझौते की अवधि की और पंजे परे अगड़ा पाई दिता है 2024 बरे आले 파르 ਦੇ ਅੰਤਰਰਾਸ਼ਟਰੀ ਫਿਲਮ ਸਮਾਰੋਲੇ ਡੈਲੀਗੇਟ ਰਜਿਸਟ੍ਰੇਸ਼ਨ ਕਰਾਣੇ ਦਾ ਕੰਮ ਸ਼ੁਰੂ ਹੋ ਗਿਆ ਹੈ ਸਰਕਾਰੀ ਮਾਲਕੀ ਵਾਲੀ ਪਾਰਤ ਸੰਚਾਰ ਨਿਗਮ ਲਿਮਟਿਡ ਪੀਐਸਐਨਐਲ ਨੇ ਉਪਭੋਗਤਾਇਆਂ ਨੂੰ ਆਕਰਸ਼ਿਤ ਕਰਨ ਲਈ ਗਾਕ ਅਧਾਰਤ ਸਤ ਨਵੀਂ ਸੇਵਾਇਂ ਦੀ ਸ਼ੁਰੂਆਤ ਕੀਤੀ ਹੈ ਅੰਤਰਰਾਸ਼ਟਰੀ ਮਾਲੀ ਫੰਡ ਆਈਐਮਐਫ ਨੇ ਮੌਜੂਦਾ ਮਾਲੀ ਬਰੇਲੇ ਪਾਰ ਦੇ ਜੀਡੀਪੀ ਦੇ ਵਾਦੇ ਦੀ ਦਰ ਦਾ ਅਨੁਮਾਨ 7 ਫੀਸਦੀ ਪਰ ਬਣਾਈ ਰੱਖਿਆ ਹੈ ACC ਮਰਦਾਂ ਦੀ T20 ਅਮਰਜਿੰਗ ਟੀਮ ਏਸ਼ੀਆ ਕੱਪ ਚ ਅੱਜ ਸਨਿਆ ਅਲ ਅਮੀਰਾਤ ਚ ਭਾਰਤ A ਦਾ ਮੁਕਾਬਲਾ ਮੇਜ਼ਬਾਨ ਓਮਾਨ ਕਨੇ ਓਗ ਓਨ ਖਬਰਾਂ ਤਫਸੀਲ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅੱਜ ਰੂਸ ਦੇ ਕਜਾਨ ਚ ਬ੍ਰਿਕਸ ਸ਼ਿਖਰ ਸੰਮੇਲਨ ਸਭਾ ਬਖਰੀ ਹੋਈ ਹੈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਓਨ ਦੇ ਕਨੇ ਦਵਿਪੱਖੀ ਗੱਲਬਾਤ ਕਰੇਗਨ दौने मुल्ख बशकार असल नियंत्रण रेखा को गश्त करने संबंधी समझौते तोड़ी पुजने की पिछकड़ च इस मीटिंग में बड़ा महत्व जा मार्दी प्रधानमंत्री मोदी ते चीन राष्ट्रपति हों बशकार पिछले पंजे पजें पहली विधिवत मीटिंग है मोदी मोद रूस ते ईरान के राष्ट्रपतियों भी दखी मीटिंग लाइया ਜੇ ਦੇਚ ਉਹਨੇ ਮਸਲੇ ਦਾ ਅਮਨ ਸ਼ਾਂਤੀ ਕਰਨੇ ਹੱਲ ਕੱਢਣੇ ਦੀ ਜ਼ਰੂਰਤ ਤੇ ਪਰ ਜ਼ੋਰ ਪਾਇਆ ਉਹਨੇ ਆਖਿਆ ਜੇ ਯੁੱਧ ਕਰਨੇ ਮਸਲੇ ਦਾ ਨਬੇੜਾ ਨੇ ਯੁੰਦਾ ਸ਼੍ਰੀ ਪੁਤਿਨੋਂ ਦੇ ਕਨੇ ਮੀਟਿੰਗ ਦੌਰਾਨ ਮੋਦੀ ਉਹ ਰਹੇ ਜ਼ੋਰ ਦੇ ਆਖਿਆ ਜੇ ਭਾਰਤ ਰੂਸ ਯੂਕਰੇਨ ਸੰਘਰਸ਼ ਦਾ ਅਮਨ ਸ਼ਾਂਤੀ ਕਰਨੇ ਹੱਲ ਕੱਢਣੇ ਚ ਮਦਦ ਕਰਨੇ ਲਈ ਤਿਆਰ ਹੈ ਭਾਰਤ ਤੇ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਸਮਝੌਤੇ ਦੀ ਆਵਦੀਗੀ ਪੰਜ ਬਰੇ ਔਰ ਅਗੜਾ ਬਦਾਨੇ ਲਈ ਸਹਿਮਤ ਹੋਏ ਗਏ ਨੇ 24 ਅਕਤੂਬਰ 2019 ਦੀ ਇਸ ਸਮਝੌਤੇ ਪਰ ਦਸਤਕਤ ਕੀਤੇ ਗਏ ਹੈ ਇਹਦੇ ਚ ਭਾਰਤ ਦੇ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਗਲਿਆਰੇ ਰਾਂ ਪਾਕਿਸਤਾਨ ਦੇ ਨਾਰਵਾਲ ਚ ਗੁਰਦੁਆਰਾ ਦਰਬਾਰ ਦਰਬਾਰ ਸਾਹਿਬ ਕਰਤਾਰਪੁਰ ਜਾਣ ਦਾ ਸਰਸਤਾ ਕੀਤਾ ਗਿਆ ਹੈ ਇਸ ਸਮਝੌਤੇ ਦੀ ਵੈਦਤਾ ਦੀ ਆਪਦੀ ਪੰਜ ਬਰੇ ਹੀ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਹੋਰ ਹੈ ਇੱਕ ਸੋਸ਼ਲ ਮੀਡੀਆ ਪੋਸਟ ਚ ਆਖਿਆ ਜੇ ਨਰਿੰਦਰ ਮੋਦੀ ਦੀ ਸਰਕਾਰ ਮੁਲਖਿਆ ਦੇ ਸਿੱਖ ਸਮੁਦਾਏ ਕੀ ਉੰਦੀ ਪਵਿੱਤਰ ਥਾਰਾਂ ਤੋਂੜੀ ਪੂਜਿਤ ਬਣਾਉਣੇ ਦੀ ਸੂਲਤ ਪੂਜਾਣੇ ਦਾ ਕੰਮ ਲਗਾਤਾਰ ਜਾਰੀ ਰੱਖਗ 2024 ਬਰੇ आले ਭਾਰਤ ਦੇ ਅੰਤਰਰਾਸ਼ਟਰੀ ਫਿਲਮ ਸਮਾਰੋਹ ਆਈ ਐਫ ਐਫ ਆਈ ਲਈ ਡੈਲੀਗੇਟ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ ਪਚੂੰਜਮਾ ਆਈ ਐਫ ਐਫ ਆਈ ਮਹੋਤਸਵ ਇਸ ਬਰੇ ਬੀ ਕੋ ਲੈ ਲਈਏ 28 ਨਵੰਬਰ ਤੋੜੀ ਗੋਆ ਚ ਲੱਗਾ ਕਰਦਾ ਹੈ ਮੇਦਵਾਰ ਵੈਬਸਾਈਟ my.iffigoa.org ਪਰ ਰਜਿਸਟ੍ਰੇਸ਼ਨ ਕਰਦੀ ਹੋਈ ਟਿਕਟ ਬੁੱਕ ਕਰਾਈ ਸਕਦੇ ਨੇ ਫਿਲਮੇ ਕਨੇ ਜੁੜੇ ਦੇ ਪੇਸ਼ਵਰੇ ਲਈ 1180 ਰੁਪਏ ਫੀਸ ਤੈਅ ਕੀਤੀ ਗਈ ਦੀ ਹੈ ਵਿਦਿਆਰਥੀਆਂ ਕੀ ਰੋਜ਼ ਚਾਰ ਟਿਕਟਾਂ ਮੁਫਤ ਦਿੱਤੀਆਂ ਜਾਣਨ ਪंजीकरण ਕਰਾਉਣੇ ਬਾਰੇ ਸਵਾਲ ਰਜਿਸਟ੍ਰੇਸ਼ਨ ਐਟ ਦੀ ਰੇਟ iffi.goa.org ਪਰ ਈਮੇਲ ਰਾਹੀਂ ਪੁੱਛੇ ਜਾ ਸਕਦੇ ਨੇ ਇਸ ਫਿਲਮ ਸਮਾਰੋਚ ਵਿਸ਼ਵਸਤ ਰਹਿਦੀਆਂ ਫਿਲਮਾਂ ਲਘੂ ਫਿਲਮਾਂ ਤੇ ਨਾਟਕ ਦੱਸੇ ਜਾਣਨ ਭਾਰਤ ਸੰਚਾਰ ਨਿਗਮ ਲਿਮਿਟਿਡ BSNL ਨੇ ਉਪਭੋਗਤਾਵਾਂ ਦੀ ਆਕਰਸ਼ਿਤ ਕਰਨ ਵਾਸਤੇ ਸੱਤੇ ਨਵੀਆਂ ਗਾਕੇ ਪਰ ਕੇਂਦਰਿਤ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ ਕੇਂਦਰੀ ਸੰਚਾਰ ਮੰਤਰੀ ਜੋਤੀ ਰਾਦਿਤ ਸਿੰਧੀਆ ਹੋਰ ਆਖਿਆ ਜੇ 4G ਦੀ ਸ਼ੁਰੂਆਤ ਮਗਰਾ ਸੋਆ BSNL ਦੇ ਉਪਭੋਗਤਾਵਾਂ ਦੀ ਗਿਣਤੀ ਪਿਛਲੇ 6 ਮਹੀਨੇ ਚ 75 ਲੱਖ ਸਵਾ ਵਧੀ ਹੈ 1 ਕਰੋੜ 80 ਲੱਖ ਹੋਈ ਗਈ ਹੈ ਕੰਪਨੀ ਦੇ ਨਵੇਂ ਲੋਕਾਂ ਤੇ ਸੱਤ ਨਵੀਂੇ ਸੇਵਾਵਾਂ ਦਾ ਉਦਘਾਟਨ ਕਰਦੀ ਹੋਈ ਮੰਤਰੀ ਰੱਖਿਆ ਜੇ ਭਾਰਤ ਦੁਨੀਆ ਦੇ ਉਹਨੇ 6 ਮੁਲਕਾਂ ਚ ਸ਼ਾਮਲ ਹੈ ਜਿਨੇ ਆਪਣੀ 4G ਦੂਸਰਨਚਾਰ ਸੇਵਾ ਵਿਕਸਿਤ ਕੀਤੀ ਹੈ ਤੇ ਤੋਲੇਗੇ ਇਸੇ 5G ਚ ਤਬਦੀਲ ਕਰ ਦਿੱਤਾ ਜਾਗ ਬੀਐਸਐਨਐਲ ਦਾ ਨਾਮਾ ਲੋਗੋ ਸ਼ਕਤੀ ਵਿਸ਼ਵਾਸ ਤੇ ਸੁਗਮਤਾ ਦਾ ਪ੍ਰਤੀਕ ਹੈ ਪਰਵਰਤਾ ਨਿਰਦੇਸ਼ਾਲੇ ਈਡੀ ਨੇ ਯੂਨਿਟੈਕ ਇੰਟਰਨੈਸ਼ਨਲ ਰਿਐਲਿਟੀ ਫੰਡ ਦੀ 319 ਕਰੋੜ ਰੁਪਏ ਦੀ ਮਤੀ ਤੇ ਸਹਾਨਾ ਬਿਲਡਰਜ਼ ਪ੍ਰਾਈਵੇਟ ਲਿਮਟਿਡ ਦੀ 16 ਕਰੋੜ ਦੀ ਚੱਲ ਸੰਪਤੀਆਂ ਕੀ ਅਸਥਾਈ ਤੌਰ 'ਤੇ ਜ਼ਬਤ ਕਰੀ ਲੈਂਤਾ ਹੈ ਇਹਨੇ ਸੰਪਤੀਆਂ ਕੀ ਰੁਪਏ ਪੈਸੇ ਤੇ ਇਹ ਰਫੀਰ ਦੀ ਰੋਕਥਾਮ ਸਰਬੰਧੀ ਕਾਨੂੰਨ ਦੇ ਪ੍ਰਬੰਧਾਨੇ ਤਹਿਤ ਜ਼ਬਤ ਕੀਤਾ ਗਿਆ ਹੈ ईडी ਨੇ ਇਸ ਮਾਮਲੇ 'ਚ ਯੂਨਿਟੈਕ ਲਿਮਟਿਡ ਤੇ ਹੋਰ ਨੇ ਦੋਹੇ ਪੱਖੇ ਖਿਲਾਫ ਦਿੱਲੀ ਪੁਲਿਸ ਤੇ ਸੀਬੀਆਈ ਆਸਿਆ ਦਰਜ ਕੀਤੀ ਗਈ ਦੀ ਐਫਆਈਆਰ ਦੇ ਆਧਾਰ 'ਪਰ ਜਾਂਚ ਸ਼ੁਰੂ ਕੀਤੀ ਹੈ ਇਹ ਖਬਰਾਂ ਤੁਸ ਆਕਾਸ਼ਵਾਨੀ ਪਰਾਸੋਨਾ ਕਰ ਦਿਓ ਅੰਤਰਰਾਸ਼ਟ੍ਰ ਮੁਦਰਾ ਕੋਸ਼ ਨੇ 31 ਮਾਰਚ 2025 ਕੀ ਖਤਮ ਹੋਣ ਵਾਲੇ ਚਾਲੂ ਮਾਲੀ ਬਰੇਚ ਭਾਰਤ ਦੇ ਸਖਲ ਕਰੇਲੂ ਉਤਪਾਦ ਜੀਡੀਪੀ ਦੀ ਵਿਰਧੀ ਦਰ 7 ਫੀਸਦੀ ਬਣਾਈ ਰੱਖੀ ਹੈ ਦੁਨੀਆ ਦੀ ਆਰਥਿਕ ਸਥਿਤੀ ਬਾਰੇ ਚ ਨਵੇਂ ਅਨੁਮਾਨ ਚ ਆਈਐਮਐਫ ਨੇ ਆਖਿਆ ਹੈ ਜੇ ਅਗਲੇ مالی ਬਰੇ 2025-26 ਚ ਭਾਰਤ ਦੀ ਵਿਰਧੀ ਦਰ 6.5 ਫੀਸਦੀ ਰਹਿਣ ਦੀ ਮੀਦੇ ਡੇਲਾਈਟ ਇੰਡੀਆ ਨੇ ਵੀ ਆਪਣੇ ਨਵੇਂ ਆਰਥਿਕ ਪਰਿਦਰਸ਼ਿ ਚ ਭਾਰਤ ਦੀ ਵਿਰਧੀ ਦਰ ਚਾਲੂ مالی ਬਰੇ ਚ 7 ਤੇ 7.2 ਫੀਸਦ ਬਸ਼ਕਾਰ ਰੋਣੇ ਦੀ ਮੀਦ ਜ਼ਾਹਿਰ ਕੀਤੀ ਹੈ ਡੇਲਾਈਟ ਦੇ ਅਰਥਸ਼ਾਸਤਰੀ ਡਾਕਟਰ ਰੁਮਕੀ ਮਜੂਮਦਾਰ ਹੋਰੇ ਆਖਿਆ ਹੈ ਜੇ ਮਹਿੰਗਾਈ ਚ ਸੁਧਾਰ ਰਿਕਾਰਡ ਖਰੀਫ ਉਤਪਾਦਨ ਸਰਕਾਰੀ ਖਰਚ ਚ ਬਾਧਾ ਤੇ ਵਿਨਿਰਮਾਨ ਖੇਤਰ ਦੇ ਨਿਵੇਸ਼ ਚ ਬਾਧੇ ਕਰੀ ਆਰਥਿਕ ਬਾਧੇ ਗਿਬਾ ਲਥੋ ਆਏ ਕੇਂਦਰੀ ਕੋਇਲਾ ਮੰਤਰੀ ਜੀ ਕਿਸ਼ਨ ਰੈੱਡੀ ਹੋਰੇ ਕੋਇਲਾ ਖੇਤਰ ਚ ਪਰਿਆਵਰਣ ਮੂਾਫਕ ਉਤਪਾਦਨ ਤੇ ਕੁਦਰਤੀ ਵਾਤਾਵਰਨ ਪ੍ਰਤੀ ਜ਼ਿੰਮੇਦਾਰੀ ਦੇ ਮਹੱਤਵ 'ਤੇ ਜ਼ੋਰ ਪਾਇਆ ਗਿਆ। ਨਮੀ ਦਿੱਲੀ ਚੋ ਕੋਇਲਾ ਖੇਤਰ ਬਾਰੇ ਚ ਛਮਾਹੀ ਸਮੀਖਿਆ ਬੈਠਕ ਦੀ ਅਧਿਖਸ਼ਤਾ ਕਰਦੀ ਹੋਈ ਮੰਤਰੀਓ ਰਹਿ ਕੋਇਲਾ ਉਤਪਾਦਨ ਵਧਾਣੇ ਹਸਤੇ ਨਮੀ ਤਕਨੀਕਾਂ ਗੀ ਅਪਣਾਣੇ ਤੇ ਪਰਿਆਵਰਣ ਦੇ ਮਾੜੇ ਅਸਰ ਗੀ ਰੋਕਣੇ ਦੇ ਉਪਾਏ ਦੀ ਜ਼ਰੂਰਤ 'ਤੇ ਜ਼ੋਰ ਪਾਇਆ। ਕਦਾਨ ਮਜ਼ਦੂਰਾਂ ਦੇ ਪਰਿਵਾਰਾਂ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਈ ਜੀ ਕਿਸ਼ਨ ਰੈਡੀਓ ਰਹਿ ਸਖਤ ਸੁਰੱਖਿਆ ਨੀਮੇ ਤੇ ਸਿਖਲਾਈ ਕਾਰਜਕਰਮੇ ਰਹਿ ਕਮਗਾਰੇ ਦੀ ਸੁਰੱਖਿਆ ਪਰ ਜੋਰ ਪਾਇਆ ਮੌਸਮ ਅਲੀ ਮਹਿਕਮੇ ਨੇ ਉੜੀਸ਼ਾ ਸਨਹਿ ਮੁਲਖੇਦੇ ਪੂਰਬੋਤਰ ਇਸੇ ਚ ਤੇਜ ਬਰਖਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਹੈ ਤਮਿਲਨਾਡੂ ਪੋਡੇਚੇਰੀ ਕਰਨਾਟਕ ਤੇ ਕੇਰਲ ਚ ਵੀ ਅੱਜ ਤੇਜ ਬਰਖਾ ਹੋਣ ਦੀ ਸ਼ੰਕਾ ਹੈ ਗੰਗੇ ਪੱਛਮ ਬੰਗਾਲ 'ਚ ਅੱਜ ਤੇ ਕੱਲ ਝਾਰਖੰਡ 'ਚ ਅਲਕੀ ਸਬਾ ਦਰਮਿਆਨੇ ਦਰਜੇ ਦੀ ਬਰਖਾ ਹੋਣੇ ਦੀ ਸੰਭਾਵਨਾ ਹੈ। ਉੱਥੇ ਗਿਆ ਅਗਲੇ 2 ਸਬਾ ਤ੍ਰੂੰ ਦਿਨੇ ਦੌਰਾਨ ਕੋਨਕਣ, ਗੋਆ ਤੇ ਮਹਾਰਾਸ਼ਟਰ ਦੇ ਮੱਧ ਇਸੇ ਚ ਵੀ ਅਲਕੀ ਸਬਾ ਦਰਮਿਆਨੇ ਦਰਜੇ ਦੀ ਬਰਖਾ ਪੈ ਸਕਦੀ ਹੈ। ਇਸ ਹਫਤੇ ਦੌਰਾਨ ਮੁਲਕ ਦੇ ਮੱਧ ਤੇ ਉੱਤਰ-ਪੱਛਮੀ ਇਸੇ ਚ ਮੌਸਮ ਸਾਫ ਰੋਣੇ ਦਾ ਅਨੁਮਾਨ ਹੈ। ACC ਮਰਦਾਂ ਦੇ T20 ਅਮਰਜਿੰਗ ਟੀਮਜ਼ ਏਸ਼ੀਆ ਕੱਪ 'ਚ ਅੱਜ ਅਲ ਅਮੀਰਾਤ ਕ੍ਰਿਕਟ ਮੈਦਾਨ 'ਚ ਭਾਰਤ ਇਹਦਾ ਮੁਕਾਬਲਾ OMAN ਕਰਨੇ ਉਗ ਇਹ ਮੈਚ ਭਾਰਤੀ ਸਮੇਂ ਮੁਜਬ ਸੱਤ ਵਜੇ ਸ਼ੁਰੂ ਹੋਗ ਟੀਮ ਦੀ ਅਗਵਾਈ ਤਿਲਕ ਵਰਮਾ ਹੋਰ ਕਰਾ ਕਰ ਦੇਣਾ ਇੰਡੀਆ A ਨੇ ਤਿਲਕ ਵਰਮਾ ਦੀ ਅਗਵਾਈ 'ਚ ਸੈਮੀਫਾਈਨਲ 'ਚ ਆਪਣੀ ਥਾਰ ਪੈਲਿੰਗ ਹੈ ਪੱਕਾ ਕਰੀ ਲੈਤੀ ਦੀ ਹੈ ਬਰੇ 2026 ਚ ਆਯੋਜਿਤ ਹੋਣ ਵਾਲੇ ਰਾਸ਼ਟਰੀ ਮੰਡਲ ਖੇਡਾਂ ਦੇ ਆਯੋਜਕਾਂ ਆਕੀ ਬੈਡਮਿੰਟਨ, ਰੈਸਲਿੰਗ, ਕ੍ਰਿਕਟ, ਸਕੁਐਸ਼ ਜਨਹੀਂ ਖੇਡਣਗੀ ਪ੍ਰਤੀਯੋਗਿਤਾ ਸਮਾ ਅਟਾਣੇ ਦਾ ਫੈਸਲਾ ਲੈਂਤਾ ਹੈ। ਆਯੋਜਕਾਂ ਇੱਕ ਬਿਆਨੇ ਚ ਆਖਿਆ ਜੇ ਰਾਸ਼ਟਰੀ ਮੰਡਲ ਖੇਡਾਂ ਦੇ ਅਗਲੇ ਸੰਸਕਰਣ ਚ ਛੜੀਆਂ 10 ਖੇਡਾਂ ਸ਼ਾਮਲ ਕੀਤੀਆਂ ਜਾਣਗਣ। ਤ੍ਰੇਮੀ ਰਾਸ਼ਟਰੀ ਮੰਡਲ ਖੇਡਾਂ 2026 ਚ 23 ਜੁਲਾਈ ਸਵਾਂ 2 ਅਗਸਤ ਬਸ਼ਕਾਰ ਸਕਾਟਲੈਂਡ ਦੇ ਗਲਾਸਗੋ ਚ ਆਯੋਜਿਤ ਹੋਣਗਣ ਇੰਦੇ ਚ ਭਾਰਤ ਸਣੇ 74 ਰਾਸ਼ਟਰ ਮੰਡਲ ਮੁਲਕਾਂ ਦੇ ਤਕਰੀਬਨ 3000 ਖਿਡਾਰੀ ਹਿੱਸਾ ਲੈਣਗਣ ਖਾਸ ਖਾਸ ਖਬਰਾਂ ਇੱਕ ਵਾਰੀ ਫੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਬ੍ਰਿਕਸ ਸ਼ਿਖਰ ਸੰਮੇਲਨ ਸਵਾ ਬਖ ਚੀਨ ਦੇ ਰਾਸ਼ਟਰਪਤੀ ਹੁੰਦੇ ਕਨੇ ਦਿਪੱਖੀ ਮੀਟਿੰਗ ਕਰਨਗਣ ਭਾਰਤ ਤੇ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਸਰਬੰਦੀ ਸਮਝੌਤੇ ਦੀ ਅਭਦੀਗੀ ਹੋਰ ਪੰਜ ਬਰੇ ਅਗੜਾ ਬਧਾਈ ਦਿੱਤਾ ਹੈ 2024 ਬਰੇ ਆਲੇ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਸਮਾਰੋਹ ਲਈ ਡੈਲੀਗੇਟ ਰਜਿਸਟ੍ਰੇਸ਼ਨ ਕਰਾਣੇ ਦਾ ਕੰਮ ਸ਼ੁਰੂ ਹੋ ਗਿਆ ਹੈ ਸਰਕਾਰੀ ਮਾਲਕੀਆਲੀ ਭਾਰਤ ਸੰਚਾਰ ਨਿਗਮ ਲਿਮਟਿਡ ਬੀਐਸਐਨਐਲ ਨੇ ਉਪਭੋਗਤਾਇਨ ਗੀ ਆਕਰਸ਼ਿਤ ਕਰਨ ਲਈ ਗਾਕ ਕੇਂਦ੍ਰਿਤ ਸੱਤ ਨਵੀਂ ਸੇਵਾਇਨ ਦੀ ਸ਼ੁਰੂਆਤ ਕੀਤੀ ਹੈ ਅੰਤਰਰਾਸ਼ਟਰੀ ਮਾਲੀ ਫੰਡ ਆਈਐਮਐਫ ਨੇ ਮੌਜੂਦਾ ਮਾਲੀ ਬਰੇਲੇ ਪਰ ਦੀ ਜੀਡੀਪੀ ਦੇ ਵਾਦੇ ਦੀ ਦਰ ਦਾ ਅਨੁਮਾਨ 7 ਫੀਸਦੀ ਪਰ ਬਣਾਈ ਰੱਖਿਆ ਹੈ ਇਹ ਦੇ ਕਨੇਗਾ ਇਹ ਬੁਲੇਟਿਨ ਸਮਾਪਤ ਹੋਆ